ਤੁਸੀਂ ਬੜੀ ਛੋਟੀ ਉਮਰ ਦੇ ਵਿੱਚ ਹੀ ਗਾਇਕੀ ਦੇ ਵਿੱਚ ਆਏ ਆ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਇੱਕ ਛੋਟਾ ਗਾਇਕ ਆਰ ਸਾਹਮਣੇ ਆਂਦਾ ਹੈ ਤੇ ਜਿਹੜੇ ਬੜੇ ਬੜੇ ਗਾਇਕ ਆਰ ਨੇ ਉਹ ਸੋਚਦੇ ਕਿ ਨਹੀਂ ਹਲੇ ਇਹ ਬੱਚਾ ਹੈਗਾ ਇਹ ਸਾਡਾ ਮੁਕਾਬਲਾ ਕਿੱਥੇ ਕਰ ਸਕਦਾ ਬੜੀ ਜਲਦੀ ਇਹਨੇ ਕਦਮ ਰੱਖ ਦਿੱਤਾ ਹੈਗਾ ਤੇ ਤੁਹਾਨੂੰ ਬਾਕੀ ਜਿਹੜੇ ਆਰਟਿਸਟ ਹੈਗੇ ਸੰਗੀਤਕਾਰ ਹੈਗੇ ਉਹਨਾਂ ਵੱਲੋਂ ਤੁਹਾਨੂੰ ਕੀ ਫੀਡਬੈਕ ਮਿਲਿਆ ਉਹ ਜਿਆਦਾ ਅਮੀ ਹੈਗਾ ਉਹ ਮੇਰਾ ਵੱਡਾ ਭਰਾ ਲੱਗਦਾ ਆ ਉਹ ਮੈਨੂੰ ਕਹਿੰਦਾ ਵੀ ਜੋਕ ਤੁਸ਼ ਜੋਕਰ ਤੋਂ ਕਰਨਾ ਆ ਕਰਕੇ ਦਿਖਾ ਦਿਓ ਮੈਨੂੰ ਵੀ ਯੂ ਕੈਨ ਡੂ ਇਟ ਐਂਡ ਆਵ ਹੁਆਇਜ਼ ਹੈਡ ਦੈਟ ਦੋ ਇਨ ਦੀ ਬੈਕ ਆਫ ਮਾਈ ਹੈਡ ਦੈਟ ਇਫ ਯੂ ਇਫ ਯੂਵ ਗਾਟ ਅ ਇਫ ਯੂ ਵਾਂਟ ਟੂ ਗੈਟ ਸਮਵਰ ਇਨ ਲਾਈਫ ਇਟਸ ਗੋਇੰ ਟੂ ਬੀ ਹਾਰਡ ਵਰਕ ਅੱਜਕੱਲ ਬਹੁਤ ਕਲਾਕਾਰ ਆ ਰਹੇ ਹੈਗੇ ਇੱਕ ਵੀਡੀਓ ਸ਼ੂਟ ਕਰਨ ਲਈ ਵੀਡੀਓ ਬਣਾਉਣ ਲਈ ਐਲਬਮ ਕੱਢਣ ਲਈ ਤੁਹਾਨੂੰ ਪਤਾ ਕਿ ਬਹੁਤ ਪੈਸੇ ਦੀ ਲੋਡ ਹੁੰਦੀ ਹੈਗੀ ਇਹ ਆਸਾਨ ਕੰਮ ਨਹੀਂ ਹੈਗਾ ਇਹ ਤੇ ਤੁਹਾਡੇ ਜਿਹੜੇ ਫਾਦਰ ਹੈਗੇ ਜਿਹੜੇ ਕਿ ਇਸ ਲਾਈਨ ਦੇ ਵਿੱਚ ਪਹਿਲਾਂ ਰਹੇ ਹੈਗੇ ਆ ਉਹਨਾਂ ਦੀ ਤੁਹਾਨੂੰ ਕਿਸ ਤਰ੍ਹਾਂ ਨਾਲ ਮਦਦ ਮਿਲੀ ਉਹ ਹਮ ਹੀਸ ਬੀਨ ਦਾ ਲਾਈਕ ਹੀਸ ਬੀਨ ਦਾ ਬੈਕਬੋਨ ਟੂ ਦਿਸ ਹਾਲ ਪ੍ਰੋਜੈਕਟ ਸ਼ੁਰੂ ਤੋਂ ਹੀਸ ਬੀਨ ਟੈਲਿੰਗ ਮੀ ਦ ਕਰਨਾ ਉਦ ਕਰਨਾ ਵਾਟ ਟੂ ਡੂ ਵਾਟ ਨਾਟ ਟੂ ਡੂ ਸੋ ਹੀਸ ਆਲਵੇਸ ਬੀਨ ਹੀਸ ਹੈਡ ਅ ਹਿਊਜ ਇਨਪੁਟ ਸੋ ਜਦੋਂ ਅਸੀਂ ਸਟੂਡੀਓ ਦੇ ਵਿੱਚ ਗਿਆ ਹਾਊ ਆਮ ਗੈਟ ਟੂ ਸਿੰਗ ਸਮਥਿੰਗ ਔਨ ਵੀਡੀਓ ਸ਼ੀ ਕਿਦ ਕਰਨਾ ਕਿਦ ਨਾਏ ਕਰਨਾ ਸੋ ਸਿੰਗ ਕੋਈ ਗੁੱਡ ਹਮੇਸ਼ਾ ਤੁਹਾਡੇ ਨਾਲ ਜਦੋਂ ਹੁੰਦੇ ਹੈ ਕੰਮ ਕਰਦੇ ਹੈਗੇ ਹੈ ਸੋ ਨੈਚਰਲੀ ਜੀ ਆਪਣਾ ਐਲਟਰ ਕੋਈ ਵੱਡਾ ਆਪਣੇ ਨਾਲ ਹੋਵੇ ਤੇ ਮੈਂ ਬਾਪ ਕੋਲੋ ਬੇਟਾ ਡਰਦਾ ਹੁੰਦਾ ਹੈਗਾ ਤੇ ਤੁਹਾਨੂੰ ਜਦੋਂ ਸਿਖਾਉਂਦੇ ਹੁੰਦੇ ਹੈਗੇ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਐਜ਼ ਅ ਫਰੈਂਡਲੀ ਤੁਸੀਂ ਇਹ ਰਹਿੰਦੇ ਹੋ ਜਾਂ ਫਿਰ ਤੁਸੀਂ ਐਜ਼ ਅ ਟੀਚਰ ਉਹਨਾਂ ਨੂੰ ਦੇਖਦੇ ਹੋ ਜਾਂ ਐਜ਼ ਅ ਫਾਦਰ ਦੇਖਦੇ ਹੋ ਅਸ਼ੇਮ ਐਜ਼ ਨਾਟ ਓਨਲੀ ਮਾਈ ਫਾਦਰ ਬਟ ਐਜ਼ ਅ ਬੈਸਟ ਫਰੈਂਡ ਐਜ਼ ਵੈਲ ਬਿਕਾਜ਼ ਯੂ ਹੈਵ ਟੂ ਹੈਵ ਦੈਟ ਰਿਲੇਸ਼ਨਸ਼ਿਪ ਯੂ ਹੈਵ ਟੂ ਬੀ ਅਬਲ ਟੂ ਸੇ ਲਿਸਨ ਡੈਡ ਮੈਂ ਦਾ ਕਰਨਾ ਦਾ ਨਹੀਂ ਕਰਨਾ ਬਟ ਦੈਨ ਹੀ ਹਾਸ ਅ ਅੰਡਰਸਟੈਂਡਰ ਐਜ਼ ਵੈਲ ਥਿੰਕਿੰਗ ਇਨ ਹਿਸ ਹੈਡ ਆ ਫੇਅਰ ਇਨਫ ਸੋ ਵੀਵ ਗਾਟ ਅ ਗੁੱਡ ਰਿਲੇਸ਼ਨਸ਼ਿਪ ਲਾਈਕ ਥੈ ਜੀ ਸਮਜੀ ਆਦਕਲ ਜਦੋਂ ਅਸੀਂ ਟੀਵੀ ਤੇ ਸ਼ੋਅ ਦੇਖਦੇ ਹੈਗੇ ਪੰਜਾਬੀ ਗੀਤਾਂ ਨੂੰ ਦੇਖਦੇ ਹੈ ਮੈਂ ਜਿਹੜੀ ਇੱਕ ਗੱਲ ਨੋਟਿਸ ਕੀਤੀ ਹੈ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ ਕਿ ਜਿਹੜੇ ਪੁਰਾਣੇ ਸਿੰਗਰ ਨੇ ਆਰਟਿਸਟ ਨੇ ਬੇਸ਼ੱਕ ਮੇਰੀ ਕੀ ਉਮਰ ਦੇ ਹੋ ਗਏ ਬਜ਼ੁਰਗ ਵੀ ਹੋ ਚੁੱਕੇ ਆ ਪਰ ਉਹ ਛੱਡਦੇ ਨਹੀਂ ਹੈਗੇ ਹਾਲੇ ਤੱਕ ਵੀ ਉਹ ਜਦਕਿ ਮੇਰੇ ਹਿਸਾਬ ਨਾਲ ਜਿ세 ਤੁਹਾਡੇ ਡੈਡ ਸੀਗੇ ਬਹੁਤ ਅੱਛੇ ਪੰਗੜਾ ਸੀਗੇ 2000 ਦੇ ਵਿੱਚ ਉਹਨਾਂ ਨੇ ਆਪਣਾ ਇਹ ਲਾਈਨ ਛੱਡ ਦਿੱਤੀ ਸੀਗੀ ਤਾਂ ਕਿ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇ ਜਿਵੇਂ ਉਹ ਤੁਹਾਨੂੰ ਹੁਣ ਅੱਗੇ ਲੈ ਕੇ ਆਏ ਹੈਗੇ ਤੁਹਾਨੂੰ ਪ੍ਰੋਮੋਟ ਕਰ ਰਹੇ ਹੈਗੇ ਤੇ ਜਿਹੜੇ ਮੈਂ ਗੱਲ ਕਰ ਰਿਹਾ ਕਿ ਦੇਖਦੇ ਆ ਕਿ ਕਈ 올ਡ ਵੀ ਹੋ ਚੁੱਕੇ ਨੇ ਪਰ ਹਾਲੇ ਵੀ ਉਹ ਨੱਚ ਰਹੇ ਟੱਪ ਰਹੇ ਆ ਤੇ ਤੁਹਾਡਾ ਕੀ ਖਿਆਲ ਹੈ ਕਿ ਉਹਨਾਂ ਨੂੰ ਹੁਣ ਰੈਸਟ ਲੈਣਾ ਚਾਹੀਦਾ ਹੈ ਤੇ ਦੂਜਿਆਂ ਨੂੰ ਮੌਕਾ ਦੇਣਾ ਚਾਹੀਦਾ ਨਹੀਂ ਜੀ ਜੇ ਉਹਦੇ ਦਿਮਾਗ 'ਚ ਹੈਗੀ ਵੀ ਮੈਂ ਕਰਨਾ ਰਿਗਾਰਡਲੈਸ ਆਫ ਵਟ ਏਜ ਦੇ ਆ ਇਟਸ ਅ ਮੈਟਰ ਆਫ ਜਨਰੇਸ਼ਨਸ ਇਫ ਦਸ ਅ ਆਣਾ ਜਨਰੇਸ਼ਨ ਜ ਜ ਨਮਾ ਦਿਸ ਇਸ ਸਟਿਲ ਮਿਕਸ ਟੁਗੇਦਰ ਜੀ ਜਿਸ ਤਰ੍ਹਾਂ ਕਿ ਤੁਹਾਡੇ ਘਰ ਕਾਫੀ ਵੱਡੇ ਸਿੰਗਰਾਂ ਦਾ ਆਣਾ ਜਾਣਾ ਸੀਗਾ ਜਿੱਦਾਂ ਕਿ ਗੁਰਦਾਸ ਮਾਨ ਵੀ ਔਰ ਸੋਨੂ ਨਿਕਮ ਵੀ ਆਦਿ ਸੀਗੇ ਜਦੋਂ ਤੁਹਾਡੇ ਘਰ ਆਂਦੇ ਸੀਗੇ ਤੇ ਉਸ ਟਾਈਮ ਤੋਂ ਤੁਹਾਡੇ ਦਿਲ ਚ ਕੀ ਖਿਆਲ ਆਂਦਾ ਸੀ ਕਿ ਮੈਂ ਇੱਕ ਦਿਨ ਇਹਨਾਂ ਵਰਗਾ ਬਣਾ ਹਾਂਜੀ ਮੇਰੇ ਦਿਲ ਤੇ ਵਿੱਚ ਅਸੋ ਤੋਂ ਮੈਂ ਵੀ ਕਰਨਾ ਇਦਾਂ ਮੈਂ ਕੋਈ ਬਣਾ ਆ ਵਨਟ ਬੀ ਲਾਈਕ ਥੈਮ ਬਟ ਐ to be able to be compared to them is a big thing for me जी. and for them to come to my house well it's a very big thing toanu badi awaaz ditti achhi awaaz ditti hui hai parmatma bolo te tusi apni vaaz ch kuch sade suratan nu ga ke sunaoge haan ji sur eh ja akh le ho jane nal jashan me nal ਗਰਾਂਦੇ ਮੈਂ ਕਿਵੇਂ ਜਾਵਾਂ ਦਿਲ ਲੜੀਏ ਜੋ ਲਤੜ ਗਈ ਵਿੱਚ ਪੈਰਾਂ ਦੇ ਮੇਰੀ ਜ਼ਿੰਦਗ ਮਾਦਿਆਂ ਜਲਾ ਵਿੱਚ ਦਿਨ ਬਣਖੇ ਕਿੜ ਗਈ ਕੀ ਕਰੀਏ जो उंज गिर दी चुकें दे नजरा तो गिर गई की करिए जंझ गिर दी चु लें दे नजरा तो गिर गई की करिए नजरा तो गिर गई की करिए बहुत खूब ਤੇ ਆਡੀਅנס ਜਿਹੜੀ ਇਸ ਟਾਈਮ ਤੁਹਾਨੂੰ ਸਾਰੀ ਸੁਣ ਰਹੀ ਆ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਕਿ ਜਿਹਨਾਂ ਨੇ ਆਉਣ ਵਾਲੇ ਸਮੇਂ ਤੁਹਾਡੇ ਗਾਣੇ ਸੁਣਨੇ ਹੈਗੇ ਆ ਜਸਟ ਲੈਟਸ ਸੇ ਅ ਬਿਗ ਥੈਂਕ ਯੂ ਬਿਕਾਜ਼ ਇਫ ਇਟ ਵੋਜ਼ਨਟ ਫਾਰ ਯੂ ਆ ਹੁਡਨ ਬੀ ਅਵੇਬਲ ਟੂ ਆ ਹੁਡਨ ਬੀ ਸਮ ਅਸੀ ዱ ਆ ਹੁਡਨ ਬੀ ਅਵੇਬਲ ਟੂ ਸਿੰਗ ਫੀ ਡਿਡ ਐਨੀਥਿੰਗ ਸੋ ਅ ਬਿਗ ਥੈਂਕ ਯੂ ਟੂ एवरीवन ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਰੇਡੀਓ ਤੇ ਸੰਮਰ ਸਿੱਧੂ ਸਾਹਿਬ ਦੇ ਗਾਣੇ ਹਮੇਸ਼ਾ ਚੱਲਣਗੇ ਤੇ ਜਿਹੜਾ ਵੀ ਫੀਡਬੈਕ ਆਏਗਾ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਕੁਝ ਕਾਲ ਮੈਂ ਲਾਈਨ ਖੋਲ ਦਿੰਦਾ ਹੈਗਾ ਕੁਝ ਜਿਹੜੇ শ্রোਤਾ ਸਾਡੇ ਕਾਫੀ ਵੇਟ ਕਰ ਰਹੇ ਸੀਗੇ ਉਹ ਬਾਬੇ ਜਾ ਚੁਕੇ ਹੁਣ ਆਣਗੇ ਉਸ ਤਰ੍ਹਾਂ ਸਿਰਸਾ ਹਰਿਆਣਾ ਤੁਸੀਂ ਇੰਡੀਆ ਦੇ ਵਿੱਚ ਸੁਣਿਆ ਹੋਣਾ ਉੱਥੋਂ ਵੀ ਤੁਹਾਡੇ ਲਈ ਮੈਸੇਜ ਆਇਆ ਵੈਲਵਿਸ਼ਸ ਆਈਆਂ ਆ ਪਾਕਿਸਤਾਨ ਤੋਂ ਵੀ ਤੁਹਾਨੂੰ ਆ ਰਹੇ ਆ ਇੱਕ ਸਾਊਦੀ ਅਰੇਬੀਆ ਦੇ ਵਿੱਚ ਸਾਡੇ ਲਿਸਨਰ ਹੈਗਾ ਸਾਊਦੀ ਅਰੇਬੀਆ ਤੋਂ ਤੁਹਾਨੂੰ ਵਿਸ਼ਸ ਭੇਜ ਰਿਹਾ ਹੈਗਾ ਔਰ ਪੈਰਿਸ ਦੇ ਵਿੱਚ ਇੱਕ ਸਾਡੇ ਭਰਾ ਸੁਣ ਰਹੇ ਨੇ ਉਹਨਾਂ ਨੇ ਵੀ ਤੁਹਾਨੂੰ ਬਹੁਤ ਬਹੁਤ ਵਿਸ਼ਸ ਭੇਜੀਆਂ ਹੋਈਆਂ ਤੇ ਤੁਹਾਡੀ ਆਵਾਜ਼ ਦੀ ਬੜੀ ਸਰਾਨਾ ਕੀਤੀ ਹੈ ਉਹਨਾਂ ਨੇ ਤੇ ਉਹ ਕਹਿੰਦੇ ਕਿ ਸਾਡੀ ਇਹੀ ਦੁਆ ਮੰਗਣੀ ਹੈ ਕਿ ਤੁਸੀਂ ਹਮੇਸ਼ਾ ਤਰੱਕੀ ਕਰੋ ਹਾਂ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ